ਇਹ ਸਮਾਂ ਜਿਹੜਾ ਖਾਲਸੇ ਦਾ ਆਇਆ ਹੈ ਨਾ, ਮਹਾਰਾਜ ਦੇ ਬਚਨ ਸੀਗੇ ਇਸ ਤਰ੍ਹਾਂ ਦੇ। ਇੱਕ ਪੁਰਾਤਨ ਗ੍ਰੰਥ ਹੈ ਬਸਾਵਲੀ ਨਾਮਕ, ਭਾਈ ਕੇਸਰ ਸਿੰਘ ਜੀ ਹੋਏ ਨੇ, ਭਾਈ ਮਤੀ ਦਾਸ ਜੀ ਦੇ ਪੋਤਰੇ ਹੋਏ ਨੇ, ਉਹਨਾਂ ਨੇ ਲਿਖਿਆ। ਉਹ ਕਹਿੰਦੇ ਵੀ ਸਤਿਗੁਰਾਂ ਨੂੰ ਸਿੰਘਾਂ ਨੇ ਪੁੱਛਿਆ ਆਉਣ ਵਾਲਾ ਸਮਾਂ ਕਿੱਦਾਂ ਦਾ ਆਵੇਗਾ। ਮਹਾਰਾਜ ਕਹਿੰਦੇ ਭਾਈ ਰੌਲੇ ਦਾ ਪੰਥ ਪੈਦਾ ਹੋ ਜਾਏਗਾ। ਇਹ ਇੰਨ ਬਿੰਨ ਜਿਹੜੇ ਬਚਨ ਉਹ ਪੁਸਤਕ ਦੇ ਲਿਖੇ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ। ਮਹਾਰਾਜ ਕਹਿੰਦੇ ਰੌਲੇ ਦਾ ਪੰਥ ਪੈਦਾ ਹੋ ਜਾਏਗਾ, ਅਦਬ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਖੋ ਜਾਏਗਾ। ਰੌਲਾ ਪਾਉਣ ਵਾਲੇ ਹੋਣਗੇ, ਰੌਲਾ ਹੀ ਹੈ ਸਾਰਾ, ਫੇਸਬੁੱਕ ਵਟਸਐਪ ਅਤੇ ਇੰਟਰਨੈਟ ਰੌਲਾ ਹੀ ਹੈ। ਮਾੜੀ ਜਿਹੀ ਗੱਲ ਹੁੰਦੀ ਹੈ ਜੇ ਗੁਆਂਢੀ ਨੂੰ ਨਹੀਂ ਪਤਾ ਹੁੰਦਾ ਤਾਂ ਅੱਗ ਲੱਗੀ ਹੁੰਦੀ ਪੂਰੇ ਵਰਲਡ ਵਿੱਚ, ਨਾਲ ਦੇ ਘਰ 'ਚ ਪਤਾ ਨਹੀਂ ਹੁੰਦਾ ਵੀ ਉਸ ਘਰ 'ਚ ਕੀ ਹੋਇਆ। ਪਰ ਉਹਦੀ ਖਬਰ ਜਿਹੜੀ ਹੈ ਇੱਕ ਮਿੰਟ, ਰੌਲੇ ਦਾ ਪੰਥ ਪੈਦਾ ਹੋ ਜਾਏਗਾ, ਅਦਬ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਖੋ ਜਾਏਗਾ। ਫਿਰ ਲਿਖਿਆ ਵੀ ਰੌਲੇ ਦੇ ਅਸਿੱਖ, ਅਸਿੱਖ ਮੈਨ ਜੋ ਸਿੱਖ ਨੇ, ਰੌਲੇ ਦੇ ਅਸਿੱਖ ਸਿੱਖਾਂ ਨੂੰ ਮਾਰਨਗੇ, ਰੌਲੇ ਦੇ ਅਸਿੱਖ ਸਿੱਖਾਂ ਨੂੰ ਮਾਰਨਗੇ, ਰਲ ਮਿਲ ਕੇ ਦੇਸ਼ ਉਜਾੜਨਗੇ। ਫਿਰ ਇਹ ਵੀ ਲਿਖਿਆ ਵੀ ਸਿੱਖੀ ਮੂਲ ਨਾ ਜਾਣਾ ਹੈ, ਸਿੱਖੀ ਦਾ ਬੀਜ ਨਾਸ਼ ਨਹੀਂ ਹੋਣਾ, ਸਿੱਖੀ ਖਤਮ ਨਹੀਂ ਹੋਣੀ, ਪਰਦੇਸੇ ਉੱਠ ਸਦਾਣਾ, ਸਿੰਘ ਜੰਗਲਾਂ ਪਰਦੇਸਾਂ ਨੂੰ ਦੂਰ ਚਲੇ ਜਾਣਗੇ, ਇਹੋ ਜਿਹਾ ਵਰਤਾਰਾ। ਫਿਰ ਇਹ ਵੀ ਲਿਖਿਆ ਇਸ ਗੱਲ ਨੂੰ 250 ਸਾਲ ਲੱਗਣਗੇ, ਅਜੇ ਹੋਰ 250 ਸਾਲ ਬਾਅਦ ਇਹ ਗੱਲ ਸ਼ੁਰੂ ਹੋਣੀ ਹੈ। ਔਰ ਜਦੋਂ ਲਿਖਿਆ ਉਸ ਤੋਂ 250 ਸਾਲ ਹੁਣ ਪੂਰੇ ਹੋ ਗਏ, ਹੁਣ ਉਹ ਕੰਮ ਜਿਹੜਾ ਪੂਰੇ ਜ਼ੋਰ 'ਤੇ ਹੈ। ਖਾਲਸਾ ਦੀ ਘਬਰਾਹਟ ਦੀ ਨਹੀਂ ਲੋੜ, ਬਸ ਸਿਰਫ ਸਤਿਗੁਰਾਂ 'ਤੇ ਭਰੋਸਾ ਰੱਖੋ ਅਤੇ ਵੱਧ ਤੋਂ ਵੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਰੱਬੀ ਅਕਾਲੀ ਬਾਣੀ, ਆਪਣਾ ਲਿਟਰੇਚਰ, ਆਪਣਾ ਇਤਿਹਾਸ ਆਪਣੇ ਬੱਚਿਆਂ ਤੱਕ ਪਹੁੰਚਾ ਦਿਓ। ਜੇ 100 ਸਾਲ ਅਸੀਂ ਇੱਦਾਂ ਲੜਦੇ ਝਗੜਦੇ ਕੱਢ ਰਹੇ ਹਾਂ ਤਾਂ ਫਿਰ ਆਉਣ ਵਾਲੇ ਸਮੇਂ ਵਿੱਚ ਸਾਨੂੰ ਕੋਈ ਖਤਮ ਨਹੀਂ ਕਰ ਸਕਦਾ। ਆਪਣਾ ਫਰਜ਼ ਹੈ, ਵੈਸੇ ਖਤਮ ਤਾਂ ਕਰ ਹੀ ਨਹੀਂ ਸਕਦਾ ਕੋਈ, ਆਪਣੀ ਡਿਊਟੀ ਇਹ ਹੈ ਕਿ ਆਪਾਂ ਇਹ ਸੰਘਰਸ਼ ਜਿਹੜਾ ਇਸ ਤਰੀਕੇ ਨਾਲ ਲੜੀਏ। ਠੀਕ ਹੈ, ਜਿਹੜੀ ਰਾਜਨੀਤੀ ਲੜਾਈ ਉਹ ਰਾਜਨੀਤਿਕ ਤੌਰ 'ਤੇ ਵੀ ਖਾਲਸਾ ਕਰਦਾ, ਪਰ ਜਿਹੜਾ ਇਹ ਸਮਾਂ ਹੈ ਨਾ, ਜਿਵੇਂ ਉਹ ਪੰਥ ਪ੍ਰਕਾਸ਼ ਬਚਨ ਆਉਂਦਾ, ਉਹ ਕਹਿੰਦੇ ਵੀ ਮਿਸਲਵਾਰ ਅਬ ਲੜਨੋ ਨਾ ਹੈ। ਬਾਬਾ ਚੜ੍ਹਤ ਸਿੰਘ ਜੀ ਸੂਕਰ ਚੱਕੀਆ ਅਤੇ ਜੱਸਾ ਸਿੰਘ ਆਲੂ ਵਾਲੀ ਆ, 12 ਮਿਸਲਾਂ ਸਾਰੀਆਂ ਇਕੱਠੀਆਂ ਸੀ ਉਦੋਂ ਛੋਟੇ ਵੱਡੇ ਘੱਲੂਘਾਰੇ 'ਚ, ਅਤੇ ਉਹ ਆਪੋ ਆਪਣੀਆਂ ਮਿਸਲਾਂ ਦੇ ਹਿਸਾਬ ਨਾਲ ਲੜਦੇ ਸੀ ਨਾ ਪਹਿਲਾਂ, ਅਤੇ ਉਹ ਕਹਿੰਦਾ ਵੀ ਹੁਣ ਮਿਸਲਵਾਰ ਅਬ ਲੜਨੋ ਨਾ ਹੈ, ਹੁਣ ਆਪਣੀ ਆਪਣੀ ਮਿਸਲ ਬਚਾਉਣ ਦਾ ਫਿਕਰ ਛੱਡੋ, ਰਲ ਮਿਲ ਖੜ ਅਬ ਪੰਥ ਬਚਾਉਣ, ਹੁਣ ਤੁਸੀਂ ਆਪਣੀਆਂ ਸੰਪਰਦਾਵਾਂ ਤੋਂ ਆਪਣੇ ਸੋੜੇ ਖਿਆਲਾਂ ਤੋਂ ਉੱਠੇ ਉੱਚੇ ਉੱਠੋ, ਹੁਣ ਲੋੜ ਹੈ ਪੰਥ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਬਚਾਉਣ ਦੀ। ਜਦੋਂ ਇਹ ਬਚ ਗਿਆ ਤਾਂ ਫਿਰ ਸਾਨੂੰ ਕੋਈ ਖਤਰਾ ਨਹੀਂ। ਮਿਸਲਵਾਰ ਅਬ ਲੜਨੋ ਨਾ ਹੈ, ਰਲ ਮਿਲ ਖੜ ਅਬ ਪੰਥ ਬਚਾਏ।